ਨਮਸਕਾਰ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਰਵੀ ਸ਼ੰਕਰ ਮਿਸ਼ਰਾ। ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਕਿ ਬੀਜੇਪੀ ਨੇ ਪੰਜਾਬ ਦੇ ਵਿੱਚ ਹੋਰ 3 ਉਮੀਦਵਾਰਾਂ ਦਾ ਨਾਮ ਜਿਹੜਾ ਹੈ ਐਲਾਨ ਦਿੱਤਾ। ਜੀ ਹਾਂ, ਹੁਣੇ ਇੱਕ ਬੀਜੇਪੀ ਨੇ ਇੱਕ ਲਿਸਟ ਜਾਰੀ ਕੀਤੀ ਹੈ ਜਿਸ ਦੇ ਵਿੱਚ ਪੰਜਾਬ ਦੇ 3 ਉਮੀਦਵਾਰ ਜਿਹੜੇ ਨੇ ਅਨੰਦਪੁਰ ਸਾਹਿਬ, ਸੰਗਰੂਰ ਅਤੇ ਫਿਰੋਜ਼ਪੁਰ, 3 ਉਮੀਦਵਾਰਾਂ ਦੇ ਵਿੱਚ ਇਹਨਾਂ ਹਲਕਿਆਂ ਦੇ ਵਿੱਚ ਜਿਹੜੇ ਨੇ ਨਾਮ ਜਾਰੀ ਕੀਤਾ, ਜਿਸ ਦੇ ਵਿੱਚ ਸੁਭਾਸ਼ ਸ਼ਰਮਾ ਜਿਹੜੇ ਨੇ ਉਹ ਅਨੰਦਪੁਰ ਸਾਹਿਬ ਤੋਂ ਐਲਾਨੇ ਗਏ ਨੇ। ਤਸਵੀਰ ਤੈਨੂੰ ਲਿਸਟ ਦਿਖਾ ਰਿਹਾ ਜਿਸ ਦੇ ਵਿੱਚ ਸੁਭਾਸ਼ ਸ਼ਰਮਾ ਨੂੰ ਅਨੰਦਪੁਰ ਸਾਹਿਬ ਤੋਂ, ਫਿਰੋਜ਼ਪੁਰ ਤੋਂ ਰਾਣਾ ਗੁਰਮੀਤ ਸੋਢੀ ਅਤੇ ਨਾਲ ਹੀ ਸੰਗਰੂਰ ਤੋਂ ਅਰਵਿੰਦ ਖੰਨਾ ਨੂੰ ਬੀਜੇਪੀ ਉਮੀਦਵਾਰ ਜਿਹੜਾ ਹੈ, 3 ਲਿਸਟ ਜਿਹੜੇ 3 ਹੋਰ ਉਮੀਦਵਾਰ ਦਾ ਲਿਸਟ ਜਾਰੀ ਕੀਤਾ ਹੈ ਜਿਸ ਦੇ ਵਿੱਚ ਇਹ 3 ਨਾਮ ਸ਼ਾਮਿਲ ਨੇ। 3 ਹਲਕੇ ਜਿਹੜੇ ਨੇ ਫਿਰੋਜ਼ਪੁਰ, ਸੰਗਰੂਰ ਅਤੇ ਨਾਲ ਹੀ ਅਨੰਦਪੁਰ ਸਾਹਿਬ ਤੋਂ ਸੁਭਾਸ਼ ਸ਼ਰਮਾ ਨੂੰ ਐਲਾਨਿਆ ਗਿਆ ਹੈ, ਫਿਰੋਜ਼ਪੁਰ ਤੋਂ ਰਾਣਾ ਗੁਰਮੀਤ ਸੋਢੀ ਨੂੰ ਅਤੇ ਅਰਵਿੰਦ ਖੰਨਾ ਨੂੰ ਜਿਹੜਾ ਹੈ ਸੰਗਰੂਰ ਤੋਂ ਐਲਾਨਿਆ ਗਿਆ। ਇਸ ਦੇ ਨਾਲ ਤੁਹਾਨੂੰ ਦੱਸ ਦੇ ਕਿ ਬੀਜੇਪੀ ਵਿੱਚ ਪੰਜਾਬ ਦੇ ਵਿੱਚ ਬੀਜੇਪੀ ਨੇ ਹੁਣ ਤੱਕ 12 ਉਮੀਦਵਾਰਾਂ ਦਾ ਜਿਹੜਾ ਹੈ ਨਾਮ ਐਲਾਨ ਦਿੱਤਾ ਹੈ। ਤਾਂ ਤੁਹਾਨੂੰ ਲਿਸਟ ਦਿਖਾ ਰਿਹਾ ਜਿਸ ਦੇ ਵਿੱਚ ਬੀਜੇਪੀ ਨੇ ਪੰਜਾਬ ਦੇ ਵਿੱਚ 3 ਹੋਰ ਉਮੀਦਵਾਰ ਜਿਹੜੇ ਨੇ ਐਲਾਨ ਦਿੱਤੇ ਨੇ। ਤਾਂ ਵਧੇਰੇ ਜਾਣਕਾਰੀ ਲਈ ਮੇਰੇ ਸਹਿਯੋਗੀ ਨੀਲ ਜੁੜ ਚੁੱਕੇ ਨੇ। ਜੀ ਨੀਲ, ਬੀਜੇਪੀ ਨੇ 3 ਹੋਰ ਉਮੀਦਵਾਰਾਂ ਦਾ ਜਿਹੜਾ ਇਹ ਨਾਂ ਜਿਹੜੀ ਲਿਸਟ ਜਿਹੜੀ ਹੈ ਉਹ ਜਾਰੀ ਕਰ ਦਿੱਤੀ ਹੈ। ਜੀ ਬਿਲਕੁਲ, ਬੜੀ ਦੇਰ ਤੋਂ ਉਡੀਕ ਕੀਤੀ ਜਾ ਰਹੀ ਸੀ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਕਦੋਂ ਆਪਣੇ ਉਮੀਦਵਾਰ ਪੂਰੇ ਐਲਾਨੇਗੀ। ਹੁਣ ਮੇਰੇ ਖਿਆਲ 'ਚ ਫਤਿਹਗੜ੍ਹ ਸਾਹਿਬ ਤੋਂ ਇਹਨਾਂ ਦਾ ਉਮੀਦਵਾਰ ਰਹਿ ਗਿਆ, ਬਾਕੀ ਪੰਜਾਬ ਦੀਆਂ ਸਾਰੀਆਂ ਸੀਟਾਂ ਦੇ ਉੱਤੇ ਉਮੀਦਵਾਰ ਐਲਾਨ ਦਿੱਤੇ ਨੇ। ਸੁਭਾਸ਼ ਸ਼ਰਮਾ ਤਾਂ ਵਾਈਸ ਪ੍ਰੈਜੀਡੈਂਟ ਨੇ ਪਾਰਟੀ ਦੇ ਅਤੇ ਬੜੇ ਲੰਮੇ ਸਮੇਂ ਤੋਂ ਉਹ ਸ੍ਰੀ ਅਨੰਦਪੁਰ ਸਾਹਿਬ ਹਲਕੇ 'ਚ ਸਰਗਰਮ ਸਨ। ਅਤੇ ਬਾਕੀ ਜੋ 2 ਉਮੀਦਵਾਰ ਨੇ ਦੋਵੇਂ ਕਾਂਗਰਸ 'ਚੋਂ ਆਏ ਹੋਏ ਨੇ, ਰਾਣਾ ਗੁਰਮੀਤ ਸਿੰਘ ਸੋਢੀ ਅਤੇ ਅਰਵਿੰਦ ਖੰਨਾ, ਦੋਨੋਂ ਕੈਪਟਨ ਕੈਂਪ ਦੇ ਨੇ ਅਤੇ ਅਰਵਿੰਦ ਖੰਨਾ ਜੀ ਤਾਂ ਸ਼ਾਇਦ ਕੈਪਟਨ ਪਰਿਵਾਰ ਨਾਲ ਰਿਸ਼ਤੇਦਾਰੀ ਵੀ ਹੈ, ਅਤੇ ਰਾਣਾ ਗੁਰਮੀਤ ਸਿੰਘ ਸੋਢੀ ਜਿਹੜੇ ਨੇ ਉਹ ਕੈਪਟਨ ਅਮਰਿੰਦਰ ਸਿੰਘ ਦੀ ਕਿਚਨ ਕੈਬਨਿਟ ਦਾ ਹਿੱਸਾ ਸਨ, ਬੜੇ ਕਰੀਬ ਨੇ। ਅਤੇ ਇਹਨਾਂ ਦੀ ਉਮੀਦਵਾਰੀ ਨਾਲ ਮੇਰੇ ਖਿਆਲ 'ਚ ਇਹਨਾਂ ਸਾਰੀਆਂ ਜਿਹੜੀਆਂ 3 ਸੀਟਾਂ ਜਿਹੜੀਆਂ ਦੀ ਆਪਾਂ ਗੱਲ ਕਰ ਰਹੇ ਹਾਂ, ਸ੍ਰੀ ਅਨੰਦਪੁਰ ਸਾਹਿਬ, ਜਿਹੜੀ ਫਿਰੋਜ਼ਪੁਰ ਅਤੇ ਸੰਗਰੂਰ, ਇਹਨਾਂ ਦੇ ਉੱਤੇ ਮੁਕਾਬਲਾ ਹੋਰ ਰੌਚਕ ਹੋ ਜਾਏਗਾ। ਕਿਉਂ? ਕਿਉਂਕਿ ਨਿੱਜੀ ਤੌਰ ਦੇ ਉੱਤੇ ਰਾਣਾ ਗੁਰਮੀਤ ਸਿੰਘ ਸੋਢੀ ਦੀ ਜੇਕਰ ਗੱਲ ਕਰੀਏ ਤਾਂ ਉਹ ਬੜੇ ਸਰਗਰਮ ਨੇ, ਕਾਂਗਰਸ 'ਚੋਂ ਆਏ ਨੇ, ਉਹਨਾਂ ਦਾ ਆਪਣਾ ਕਾਡਰ ਹੈ, ਤੇ ਜ਼ਰੂਰ ਉਹ ਫਿਰੋਜ਼ਪੁਰ ਦੇ ਜਿਹੜੇ ਮੁਕਾਬਲੇ ਨੂੰ ਦਿਲਚਸਪ ਤੇ ਫਸਮਾ ਬਣਾਉਣਗੇ। ਇਸੇ ਤਰ੍ਹਾਂ ਅਰਵਿੰਦ ਖੰਨਾ ਵੀ ਜਿਹੜੇ ਨੇ ਉਹ ਬੜਾ ਪੁਰਾਣਾ ਜਿਹੜਾ ਉਹਨਾਂ ਦਾ ਕਾਰੋਬਾਰੀ ਤੇ ਸਿਆਸੀ ਪਰਿਵਾਰ ਹੈ, ਸੰਗਰੂਰ ਨੂੰ ਹੀ ਉਹ ਬਿਲੋਂਗ ਕਰਦੇ ਨੇ, ਤੇ ਜਿਵੇਂ ਮੈਂ ਦੱਸਿਆ ਕਿ ਕੈਪਟਨ ਪਰਿਵਾਰ ਦੇ ਕਰੀਬੀ ਨੇ, ਤੇ ਉਹਨਾਂ ਦਾ ਵੀ ਜਿਹੜਾ ਉਹਨਾਂ ਵੱਲੋਂ ਵੀ ਜਿਹੜਾ ਇਸ ਮੁਕਾਬਲੇ ਨੂੰ ਸੰਗਰੂਰ ਦੇ ਵਿੱਚ ਜ਼ਰੂਰ ਜਿਹੜਾ ਹੈਗਾ ਹੋਰ ਰੌਚਕ ਤੇ ਫਸਮਾ ਬਣਾ ਦਿੱਤਾ ਜਾਏਗਾ। ਜੀ ਆਪਾਂ ਡਾਕਟਰ ਸੁਭਾਸ਼ ਸ਼ਰਮਾ ਦੀ ਜੇਕਰ ਗੱਲ ਕਰੀਏ ਤਾਂ ਮੈਂ ਪਹਿਲਾਂ ਦੱਸਿਆ ਕਿ ਉਹ ਬੜੇ ਲੰਮੇ ਸਮੇਂ ਤੋਂ ਜਿਹੜਾ ਹੈ ਸ੍ਰੀ ਅਨੰਦਪੁਰ ਸਾਹਿਬ 'ਚ, ਖਾਸ ਕਰ ਨੰਗਲ ਬੈਲਟ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਸਰਗਰਮ ਸਨ, ਉਹਨਾਂ ਦਾ ਆਪਣਾ ਇੱਕ ਬੇਸ ਹੈ ਉੱਥੇ। ਇਹ ਜਿਹੜੀ ਆਪਾਂ ਅਨੰਦਪੁਰ ਸਾਹਿਬ ਦੀ ਗੱਲ ਕਰ ਰਹੇ ਹਾਂ ਕਿ ਉੱਥੇ ਜ਼ਰੂਰ ਹਲਕਾ ਪੰਥ ਵੀ ਜ਼ਰੂਰ ਹੈ, ਪਰ ਉੱਥੇ ਹਿੰਦੂ ਵੋਟ ਬੈਂਕ ਜਿਹੜਾ ਹੈਗਾ ਉਹ ਵੀ ਬਹੁਤ ਜ਼ਿਆਦਾ, ਅਤੇ ਬੀਜੇਪੀ ਪਹਿਲੀ ਵਾਰੀ ਜਿਹੜੀ ਹੈਗੀ ਹੈ ਇੱਥੋਂ ਇਲੈਕਸ਼ਨ ਲੜ ਰਹੀ ਹੈ। ਇੱਥੋਂ ਕੀ ਬੀਜੇਪੀ ਅੰਮ੍ਰਿਤਸਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਨੂੰ ਛੱਡ ਕੇ ਬਾਕੀ ਸਾਰੇ ਹਲਕਿਆਂ 'ਚ ਪੰਜਾਬ 'ਚ ਜਿਹੜਾ ਹੈਗਾ ਪਹਿਲੀ ਵਾਰੀ ਇਲੈਕਸ਼ਨ ਲੜ ਰਹੀ ਹੈ ਲੋਕ ਸਭਾ ਦੀ, ਅਤੇ ਅਨੰਦਪੁਰ ਸਾਹਿਬ ਦੇ ਵਿੱਚ ਡਾਕਟਰ ਸੁਭਾਸ਼ ਸ਼ਰਮਾ ਦਾ ਤਜਰਬਾ ਦੇਖਣਾ ਹੋਵੇਗਾ ਕਿ ਕਿਸ ਤਰ੍ਹਾਂ ਰਹੇਗਾ ਉਹਨਾਂ ਵਾਸਤੇ, ਕਿਉਂਕਿ ਅਨੰਦਪੁਰ ਸਾਹਿਬ ਦੇ ਵਿੱਚ ਵੀ ਮੁਕਾਬਲਾ ਜਿਹੜਾ ਹੈਗਾ ਬੜਾ ਰੌਚਕ ਤੇ ਫਸਵਾਂ ਬਣਿਆ ਹੋਇਆ, ਕਿਉਂਕਿ ਮਨੀਸ਼ ਤਿਵਾੜੀ ਜਿਹੜੇ ਇੱਥੋਂ ਦੇ ਮੈਂਬਰ ਪਾਰਲੀਮੈਂਟ ਸਨ ਕਾਂਗਰਸ ਵੱਲੋਂ ਸਨ, ਉਹ ਚੰਡੀਗੜ੍ਹ ਮੂਵ ਹੋ ਚੁੱਕੇ ਨੇ। ਕਾਂਗਰਸ ਨੂੰ ਉਮੀਦਵਾਰ ਜਿਹੜਾ ਹੈਗਾ ਬਾਹਰਲੇ ਹਲਕੇ ਤੋਂ ਲਿਆ ਕੇ ਵਿਜੇਂਦਰ ਸਿੰਗਲਾ ਨੂੰ ਸੰਗਰੂਰ ਤੋਂ ਲਿਆ ਕੇ ਲੜਾਉਣਾ ਪੈ ਰਿਹਾ। ਪ੍ਰੇਮ ਸਿੰਘ ਚੰਦੂਮਾਜਰਾ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਉਹ ਪਟਿਆਲਾ ਹਲਕੇ ਤੋਂ ਆਉਂਦੇ ਨੇ,
ਤੇ ਇਸੇ ਤਰ੍ਹਾਂ ਮਾਲਵਿੰਦਰ ਸਿੰਘ ਕੰਗ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ, ਉਹਨਾਂ ਦਾ ਪਿਛੋਕੜ ਮਾਝੇ ਨਾਲ ਹੈ, ਪਰ ਉਹਨਾਂ ਦਾ ਪਰਿਵਾਰ ਬੜੇ ਲੰਮੇ ਸਮੇਂ ਤੋਂ ਮੱਧ ਪ੍ਰਦੇਸ਼ ਵਿੱਚ ਸੈਟਲ ਸੀ, ਪਰ ਉਹਨਾਂ ਦੀ ਜਿਹੜੀ ਰਾਜਨੀਤਿਕ ਕਰੀਅਰ ਦੀ ਸ਼ੁਰੂਆਤ ਹੈ ਉਹ ਪੰਜਾਬ ਯੂਨੀਵਰਸਿਟੀ ਦੀ ਸਟੂਡੈਂਟ ਕੌਂਸਲ ਤੋਂ ਹੋਈ ਹੈ। ਉਹ ਪ੍ਰਧਾਨ ਰਹੇ ਨੇ ਸਟੂਡੈਂਟ ਕੌਂਸਲ ਦੇ ਪੰਜਾਬ ਯੂਨੀਵਰਸਿਟੀ ਦੇ, ਅਤੇ ਉਸ ਤੋਂ ਬਾਅਦ ਉਹ ਵੱਖ ਵੱਖ ਸਿਆਸੀ ਪਾਰਟੀਆਂ ਦੇ ਰਾਹੀਂ ਆਪਣਾ ਕੈਰੀਅਰ ਸ਼ੁਰੂ ਕਰਦੇ ਹੋਏ ਅਤੇ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਿਹੜਾ ਬੜਾ ਲੰਮਾ ਸਮਾਂ ਸਰਗਰਮ ਰਹੇ ਨੇ, ਅਤੇ ਉਸ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਦੇ ਵਿੱਚ ਆ ਗਏ ਸਨ ਪਿਛਲੀ ਇਲੈਕਸ਼ਨ ਤੋਂ ਕੁਛ ਸਮਾਂ ਪਹਿਲਾਂ। ਸੋ ਇਸ ਨਾਲ ਜਿਹੜਾ ਮੁਕਾਬਲਾ ਪੰਜਾਬ ਦਾ ਹੋਰ ਰੌਚਕ ਹੋ ਗਿਆ ਹੈ ਜੀ। ਅਤੇ ਤੁਹਾਨੂੰ ਕੀ ਲੱਗਦਾ ਜਿਹੜੇ ਬੀਜੇਪੀ ਵੱਲੋਂ ਜਿਹੜੇ ਕਾਫੀ ਸਮੇਂ ਤੋਂ ਬਾਅਦ ਤਿੰਨ ਉਮੀਦਵਾਰ ਐਲਾਨੇ ਗਏ ਨੇ, ਅਤੇ ਇਹਨਾਂ ਤਿੰਨਾਂ ਹਲਕਿਆਂ ਦੇ ਵਿੱਚ ਕਿਸ ਦੇ ਨਾਲ ਇਹਨਾਂ ਬੀਜੇਪੀ ਉਮੀਦਵਾਰਾਂ ਦਾ ਟੱਕਰ ਹੋ ਸਕਦਾ ਹੈ, ਜਿਹੜਾ ਸਾਹਮਣਾ ਹੋ ਸਕਦਾ ਹੈ, ਜਿਹੜੇ ਇਹਨਾਂ ਨੂੰ ਭਾਰੀ ਪੈ ਸਕਦੇ ਨੇ, ਜਿਹੜੇ ਕਿਹੜੇ ਉਮੀਦਵਾਰ ਜਿਹੜੇ ਇਹ ਸਾਹਮਣੇ ਆਏ ਨੇ ਤਿੰਨੋਂ ਵਿੱਚੋਂ, ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਜਾਂ ਕਾਂਗਰਸ ਦੀ ਗੱਲ ਕਰੀਏ ਤਾਂ? ਦੇਖੋ ਬੜਾ ਨਾ ਇਹ ਵੀ ਦਿਲਚਸਪ ਹੈ ਸਾਰਾ ਇਹ ਪਹਿਲੂ। ਜੇਕਰ ਅਨੰਦਪੁਰ ਸਾਹਿਬ ਦੀ ਆਪਾਂ ਪਹਿਲਾਂ ਗੱਲ ਕਰਦੇ ਆ ਰਹੇ ਹਾਂ ਕਿ ਇੱਥੋਂ ਦੇ ਜਿਹੜੇ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਸਨ ਉਹ ਚਲੇ ਗਏ ਨੇ ਚੰਡੀਗੜ੍ਹ, ਮਨੀਸ਼ ਤਿਵਾੜੀ, ਤਾਂ ਸਾਰੇ ਉਮੀਦਵਾਰ ਜਿਹੜੇ ਨੇ ਉਹ ਨਵੇਂ ਨੇ, ਮਤਲਬ ਨਵੇਂ ਕਹਿਣ ਦਾ ਮਤਲਬ ਕਿ ਉਹ ਮੈਂਬਰ ਪਾਰਲੀਮੈਂਟ ਨਹੀਂ ਹੈਗੇ ਇੱਥੋਂ ਦੇ ਸਿਟਿੰਗ ਜੀ। ਤਾਂ ਉੱਥੇ ਜਿਹੜਾ ਹੈਗਾ ਹੁਣ ਇਹਨਾਂ ਨੇ ਦੇਖਣਾ ਹੋਏਗਾ ਕਿ ਮਨੀਸ਼ ਤਿਵਾੜੀ ਦੀ ਜਿਹੜੀ ਐਬਸੈਂਸ ਹੈ ਅਨੰਦਪੁਰ ਸਾਹਿਬ 'ਚ ਉਸਨੂੰ ਕੌਣ ਕੈਸ਼ ਕਰ ਪਾਉਂਦਾ ਹੈ ਜੀ। ਦੂਜਾ ਆ ਰਿਹਾ ਜਿਹੜਾ ਫਿਰੋਜ਼ਪੁਰ ਹਲਕਾ, ਫਿਰੋਜ਼ਪੁਰ ਤੋਂ ਸੁਖਬੀਰ ਸਿੰਘ ਬਾਦਲ ਮੈਂਬਰ ਪਾਰਲੀਮੈਂਟ ਨੇ ਇਸ ਵਕਤ ਜੀ, ਪਰ ਉਹ ਸੁਖਬੀਰ ਸਿੰਘ ਬਾਦਲ ਚੋਣ ਨਹੀਂ ਲੜ ਰਹੇ ਜੀ। ਉੱਥੇ ਵੀ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਐਬਸੈਂਸ ਹੈ ਇਸ ਨੂੰ ਕੈਸ਼ ਕਰਨਾ ਹਰ ਇੱਕ ਪਾਰਟੀ ਤੇ ਹਰ ਇੱਕ ਉਮੀਦਵਾਰ ਦੀ ਕੋਸ਼ਿਸ਼ ਹੋਏਗੀ। ਸੰਗਰੂਰ ਦੀ ਗੱਲ ਕਰੀਏ ਤਾਂ ਉੱਥੋਂ ਜਿਹੜੇ ਮੈਂਬਰ ਪਾਰਲੀਮੈਂਟ ਨੇ ਜਿਹੜੇ ਜਿੰਮੀ ਚੋਣ 'ਚ ਉੱਥੋਂ ਇਲੈਕਸ਼ਨ ਜਿੱਤੇ ਨੇ ਆਪਣਾ ਸਿਮਰਨਜੀਤ ਸਿੰਘ ਮਾਨ, ਉਹ ਜ਼ਰੂਰ ਮੈਦਾਨ ਦੇ ਵਿੱਚ ਨੇ, ਪਰ ਸੁਖਪਾਲ ਸਿੰਘ ਖਹਿਰਾ ਦੇ ਉੱਥੋਂ ਜਾਣ ਨਾਲ ਤੇ ਗੁਰਮੀਤ ਸਿੰਘ ਗੀਤੇਰ ਕੈਬਨਿਟ ਮੰਤਰੀ ਦੇ ਜਿਹੜਾ ਹੈਗਾ ਆਮ ਆਦਮੀ ਪਾਰਟੀ ਦਾ ਉਮੀਦਵਾਰ ਬਣਨ ਨਾਲ ਉੱਥੇ ਮੁਕਾਬਲਾ ਹੋਰ ਜਿਹੜਾ ਰੌਚਕ ਬਣਿਆ ਹੋਇਆ ਹੈ ਕਿ ਕੀ ਸਿਮਰਨਜੀਤ ਸਿੰਘ ਮਾਨ ਉਹ ਜਿਹੜਾ ਜਲਵਾ ਹੈ ਇੱਕ ਸਾਲ ਪਹਿਲਾਂ ਦਾ ਉਹ ਰਿਪੀਟ ਕਰ ਪਾਉਣਗੇ ਜਾਂ ਨਹੀਂ, ਜਾਂ ਫਿਰ ਸੁਖਪਾਲ ਸਿੰਘ ਖਹਿਰਾ ਜਿਹੜਾ ਫਾਇਰ ਬ੍ਰੈਂਡ ਨੇਤਾ ਨੇ ਕੀ ਉਹ ਸੰਗਰੂਰ ਦੇ ਵਿੱਚ ਜਿਹੜਾ ਹੈ ਜਿਹੜਾ ਉਹਨਾਂ ਦਾ ਸਿੱਕਾ ਚੱਲ ਪਾਏਗਾ ਕਿ ਨਹੀਂ। ਸੋ ਇਹ ਆਪਣੇ ਆਪ 'ਚ ਅਰਵਿੰਦ ਖੰਨਾ ਦੀ ਮੌਜੂਦਗੀ ਨਾਲ ਜਿਹੜਾ ਜੋ ਵੀ ਬੀਜੇਪੀ ਕਾਡਰ ਹੈ ਜਾਂ ਰਾਮ ਮੰਦਿਰ ਦਾ ਕਰਕੇ ਇਨਫਲੂਐਂਸ ਜਿਹੜਾ ਵੋਟ ਬੈਂਕ ਜਿਹੜਾ ਹੋਣਾ ਹੈ ਉਹ ਕੀ ਅਗਰ ਜਾਂਦਾ ਹੈ ਅਰਵਿੰਦ ਖੰਨਾ ਨੂੰ, ਕਿਉਂਕਿ ਮੈਂ ਇਹ ਹੈ ਕਿ ਪਰਿਵਾਰ ਜਿਹੜਾ ਉਹਨਾਂ ਦਾ ਬੜਾ ਪੁਰਾਣਾ ਹੈ, ਸੰਗਰੂਰ ਇਸ ਮਾਲਵਾ ਖਿੱਤੇ ਨਾਲ ਸੰਬੰਧਿਤ ਹੈ, ਤਾਂ ਉਹ ਜ਼ਰੂਰ ਆਪਣਾ ਇੱਕ ਆਧਾਰ ਰੱਖਦੇ ਨੇ, ਤਾਂ ਉਹ ਜਿਸਦੇ ਵੋਟ ਬੈਂਕ ਨੂੰ ਖੋਰਾ ਲਾਣਗੇ ਉਹ ਦੇਖਣਾ ਹੋਏਗਾ ਕਿ ਨੁਕਸਾਨ ਉਹਦਾ ਕਿਸ ਨੂੰ ਹੋਏਗਾ ਜੀ ਜੀ। ਤਾਂ ਜੀ ਨੀਲ ਗੱਲ ਕਰੀਏ, ਜਿਵੇਂ ਲਗਾਤਾਰ ਬੀਜੇਪੀ ਦੇ ਕੋਈ ਵੀ ਉਮੀਦਵਾਰ ਹੋਵੇ ਕਿਸੇ ਵੀ ਹਲਕੇ ਦੇ ਵਿੱਚ ਹੋਵੇ, ਲਗਾਤਾਰ ਕਿਸਾਨਾਂ ਦਾ ਵਿਰੋਧ ਕੀਤਾ ਜਾ ਰਿਹਾ, ਲੋਕਾਂ ਦਾ ਵਿਰੋਧ ਜਿਹੜਾ ਦੇਖਣ ਨੂੰ ਮਿਲਿਆ, ਲਗਾਤਾਰ ਮੋਸਟਲੀ ਕਿਸਾਨਾਂ ਵੱਲੋਂ ਹੀ ਵਿਰੋਧ ਕੀਤਾ ਜਾ ਰਿਹਾ, ਤੁਹਾਨੂੰ ਕੀ ਲੱਗਦਾ ਜਿਹੜੇ ਤਿੰਨ ਉਮੀਦਵਾਰ ਨੇ ਇਹ ਪੰਜਾਬ ਤੋਂ ਹੀ ਬਿਲੋਂਗ ਕਰਦੇ ਨੇ, ਕੀ ਇਹਨਾਂ ਨੂੰ ਵੀ ਇਸ ਜਿਹੜੇ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਜਾਂ ਫਿਰ ਲੋਕ ਇਹਨਾਂ ਨੂੰ ਅਪਣਾ ਸਕਦੇ ਨੇ, ਜਿਹੜੇ ਕਿਸਾਨ ਜਿਹੜੇ ਇਹਨਾਂ ਨੂੰ ਅਪਣਾ ਸਕਦੇ ਨੇ? ਨਹੀਂ ਦੇਖੋ ਇਹ ਸੁਭਾਵਕ ਹੀ ਹੈ, ਕਿਉਂਕਿ ਜਿਹੜੀ ਮੈਂ ਵਾਰ ਵਾਰ ਕਈ ਮੁਕਾਮਾਂ ਦੇ ਉੱਤੇ ਗੱਲ ਕੀਤੀ ਹੈ ਕਿ ਕੇਂਦਰ ਦੀ ਜਿਹੜੀ ਸਰਕਾਰ ਹੈ ਭਾਰਤੀ ਜਨਤਾ ਪਾਰਟੀ ਦੀ NDA ਦੀ, ਉਸਦੀ ਪੂਰੇ ਦੇਸ਼ ਦੇ ਵਿੱਚ ਜਿਹੜੀ ਐਂਟੀ ਇਨਕੰਬੈਂਸੀ ਹੈ ਜਾਂ ਉਹਦੀ ਮੁਖਾਲਫਤ ਹੈ ਉਹ ਕਿਸੇ ਹੋਰ ਤਰ੍ਹਾਂ ਨਹੀਂ ਹੋ ਸਕਦੀ ਹੈ, ਪਰ ਪੰਜਾਬ ਦੇ ਪ੍ਰਪੇਖ ਦੇ ਵਿੱਚ ਇੱਥੋਂ ਦੀ ਮੁਖਾਲਫਤ ਬਿਲਕੁਲ ਡਿਫਰੈਂਟ ਹੈ ਤੇ ਜ਼ਿਆਦਾ ਪ੍ਰਚੰਡ ਹੈ ਜੀ। ਇਸ ਦਾ ਸਾਹਮਣਾ ਸਭ ਤੋਂ ਵੱਧ ਪ੍ਰਨੀਤ ਕੌਰ ਨੂੰ ਕਰਨਾ ਪੈ ਰਿਹਾ, ਅਸੀਂ ਥੋੜ੍ਹੇ ਦਿਨ ਪਹਿਲਾਂ ਹੀ ਪ੍ਰਨੀਤ ਕੌਰ ਨਾਲ ਬਣੇ ਹੋਏ ਸਾਂ, ਪਟਿਆਲਾ ਪੂਰਾ ਸੀਲ ਕੀਤਾ ਹੋਇਆ, ਉਹਨਾਂ ਦੇ ਘਰ ਦੇ ਮੋਤੀ ਮਹਿਲ ਦੇ ਬਾਹਰ ਕਰੀਬ 1 ਕਿਲੋਮੀਟਰ ਦੇ ਦਾਇਰੇ ਦੇ ਅੰਦਰ ਕਿਸਾਨ ਬੈਠੇ ਨੇ ਤੇ ਪੰਜਾਬ ਪੁਲਿਸ ਤੇ ਨੀਮ ਫੌਜੀ ਵਾਲੇ ਜਿਹੜੇ ਤੈਨਾਤ ਹੋਏ ਹੋਏ ਨੇ, ਪਰ ਪੂਰਾ ਪਟਿਆਲਾ ਨੂੰ ਜਾਂਦੇ ਸਾਰੇ ਰਾਹ ਜਿਹੜੇ ਨੇ ਉਹ ਸੀਲ ਕੀਤੇ ਹੋਏ ਨੇ ਕਿਸਾਨਾਂ ਨੇ। ਤਾਂ ਇਹਦਾ ਸੁਭਾਵਕ ਹੀ ਹੈ ਕਿ ਜਿਹੜੀ ਇਹ ਕਿਸਾਨਾਂ ਦਾ ਰੋਸ ਹੈ ਜਿਹੜਾ ਹੁਣ ਇਹ ਤਿੰਨ ਹਲਕਿਆਂ ਦੇ ਵਿੱਚ ਵੀ ਜਿਹੜਾ ਹੈਗਾ ਇਹਨਾਂ ਨੂੰ ਝੱਲਣਾ ਪਏਗਾ,
ਪਰ ਵਾਇਸਾ ਵਰਸਾ ਜਿਹੜਾ ਵੋਟ ਬੈਂਕ ਬੀਜੇਪੀ ਐਕਸਪੈਕਟ ਕਰ ਰਹੀ ਹੈ ਕਿ ਇਹਨਾਂ ਕੋਲ ਜਾਏਗਾ ਜੀ, ਜਾਂ ਉਹ ਵੋਟ ਬੈਂਕ ਜਿਹੜਾ ਕਿ ਨੌਨ ਕਿਸਾਨ ਹੈ ਜਾਂ ਕਿਸਾਨਾਂ ਨਾਲ ਕੋਈ ਐਸਾ ਵੋਟ ਬੈਂਕ ਹੈ ਕਿ ਜਿਹੜਾ ਕਹਿੰਦਾ ਕਿ ਸਾਡਾ ਕੋਈ ਵਾ ਵਾਸਤਾ ਨਹੀਂ ਹੈ ਕਿਸਾਨਾਂ ਨਾਲ ਜੀ, ਤਾਂ ਉਹ ਵੋਟ ਬੈਂਕ ਜਿਹੜਾ ਹੈਗਾ ਉਹ ਹੁਣ ਕਿੰਨਾ ਕੁ ਜਿਹੜਾ ਹੈਗਾ ਉਸਨੂੰ ਰਿਟੇਨ ਕਰਦੇ ਨੇ, ਸਸਟੇਨ ਕਰਦੇ ਨੇ, ਇਹ ਆਪਣੇ ਆਪ 'ਚ ਦੇਖਣ ਵਾਲਾ ਹੋਏਗਾ ਜੀ। ਜੀ ਜੀ ਨੀਲ, ਜਿਵੇਂ ਹੁਣ ਬੀਜੇਪੀ ਵੱਲੋਂ 12 ਉਮੀਦਵਾਰ ਤਾਂ ਐਲਾਨ ਦਿੱਤੇ ਗਏ ਨੇ, ਇੱਕ ਹਲਕਾ ਰਹਿ ਗਿਆ, ਤੁਹਾਨੂੰ ਕੀ ਲੱਗਦਾ ਕਿ ਇੱਥੇ ਕੋਈ ਹੋਰ ਨਾਮ ਤੁਹਾਡੇ ਮਹਿਜ਼ ਦਿਮਾਗ 'ਚ ਆ ਰਿਹਾ ਹੋਵੇ ਜਾਂ ਕੋਈ ਇੱਦਾਂ ਦੀ ਜਿਹਨਾਂ ਤੋਂ ਲੱਗ ਰਿਹਾ ਜਿਹਦਾ ਨਾਮ ਚਰਚਾਵਾਂ ਵਿਚਾਰ ਹੋਏ ਕਿ ਇਹਨਾਂ ਇਹ ਉਮੀਦਵਾਰ ਜਿਹੜੇ ਨੇ ਉਹ ਇਸ ਹਲਕੇ ਤੋਂ ਉਤਾਰਿਆ ਜਾ ਸਕਦਾ ਬੀਜੇਪੀ ਵੱਲੋਂ? ਨਹੀਂ ਦੇਖੋ, ਬੀਜੇਪੀ ਮੈਂ ਪਹਿਲਾਂ ਕਿਹਾ ਕਿ ਬੀਜੇਪੀ ਪਹਿਲੀ ਵਾਰੀ 13 ਸੀਟਾਂ ਦੇ ਉੱਤੇ ਪੰਜਾਬ 'ਚ ਲੋਕ ਸਭਾ ਚੋਣ ਲੜ ਰਹੀ ਹੈ। ਹੁਣ ਤੱਕ ਅੰਮ੍ਰਿਤਸਰ, ਗੁਰਦਾਸਪੁਰ ਤੇ ਹੁਸ਼ਿਆਰਪੁਰ ਜਿਹੜੇ ਤਿੰਨ ਹਲਕੇ ਨੇ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਜੋ ਗਠਜੋੜ ਸੀ ਸਮਝੌਤੇ ਤਹਿਤ ਇਹਨਾਂ ਨੂੰ ਮਿਲਦੇ ਰਹੇ ਨੇ। ਤਾਂ ਖ਼ਾਸ ਕਰ ਆਪਾਂ ਫਤਿਹਗੜ੍ਹ ਸਾਹਿਬ ਦੀ ਜੇਕਰ ਗੱਲ ਕਰੀਏ ਤਾਂ ਐਸੇ ਹਲਕੇ ਦੇ ਵਿੱਚ ਬੀਜੇਪੀ ਦਾ ਜਿਹੜਾ ਕਾਡਰ ਇੰਨਾ ਮੇਰੇ ਖਿਆਲ 'ਚ ਜ਼ਿਆਦਾ ਮਜ਼ਬੂਤ ਨਹੀਂ ਸਮਝਿਆ ਜਾਂਦਾ, ਤਾਂ ਜ਼ਰੂਰ ਦਿੱਕਤ ਆ ਰਹੀ ਹੈ ਪਾਰਟੀ ਨੂੰ ਜੋ ਕਿਹੜਾ ਉਮੀਦਵਾਰ ਜਿਹੜਾ ਹੈਗਾ ਇੱਥੋਂ ਫੀਲਡ ਕੀਤਾ ਜਾਏ। ਤੇ ਹਾਲੇ ਤੱਕ ਤਾਂ ਖੈਰ ਨਹੀਂ ਆਪਾਂ ਕਹਿ ਰਹੇ ਕਿ ਕਿਹੜਾ ਉਮੀਦਵਾਰ ਹੋ ਸਕਦਾ ਹੈ, ਪਰ ਬੜੀ ਵੱਡੀਆਂ ਦਲ ਬਦਲੀਆਂ ਪਿੱਛੇ ਜੇ ਹੋਈਆਂ ਨੇ। ਕਾਂਗਰਸ ਦਾ ਬਹੁਤ ਸਾਰਾ ਹਿੱਸਾ ਜਿਹੜਾ ਹੈ ਉਹ ਭਾਰਤੀ ਜਨਤਾ ਪਾਰਟੀ 'ਚ ਆ ਚੁੱਕਾ ਹੈ, ਤਾਂ ਜ਼ਰੂਰ ਮੇਰੇ ਖਿਆਲ 'ਚ ਕਿਸੇ ਨਾ ਕਿਸੇ ਸਾਬਕਾ ਕਾਂਗਰਸੀ ਨੂੰ ਜਾਂ ਕਿਸੇ ਹੋਰ ਪਾਰਟੀ 'ਚੋਂ ਨਵਾਂ ਬੰਦਾ ਸ਼ਾਮਿਲ ਵੀ ਕਰਵਾਇਆ ਜਾ ਸਕਦਾ ਅਗਲੇ ਦਿਨਾਂ ਦੇ ਦੌਰਾਨ, ਜਿਸ ਤਰ੍ਹਾਂ ਦੀਆਂ ਪਰਿਸਥਿਤੀਆਂ ਜਿਹੜੀਆਂ ਨੇ ਬਣਦੀਆਂ ਨੇ ਰਾਜਨੀਤਿਕ ਤੌਰ ਦੇ ਉੱਤੇ। ਤਾਂ ਮੈਨੂੰ ਲੱਗਦਾ ਕਿ ਬੀਜੇਪੀ ਬਹੁਤ ਜਲਦੀ ਜਿਹੜਾ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਵੀ ਉਮੀਦਵਾਰ ਐਲਾਨੇਗੀ। ਤਾਂ ਜਾਣਕਾਰੀ ਲਈ ਧੰਨਵਾਦ। ਤਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਬੀਜੇਪੀ ਵੱਲੋਂ ਤਿੰਨ ਹੋਰ ਉਮੀਦਵਾਰਾਂ ਦਾ ਜਿਹੜਾ ਇਹ ਐਲਾਨ ਕਰ ਦਿੱਤਾ ਹੈ, ਜਿਸ ਦੇ ਵਿੱਚ ਬੀਜੇਪੀ ਨੇ ਅਨੰਦਪੁਰ ਸਾਹਿਬ ਤੋਂ ਸੁਭਾਸ਼ ਸ਼ਰਮਾ ਅਤੇ ਫਿਰੋਜ਼ਪੁਰ ਤੋਂ ਰਾਣਾ ਗੁਰਮੀਤ ਸੋਢੀ ਅਤੇ ਸੰਗਰੂਰ ਤੋਂ ਅਰਵਿੰਦ ਖੰਨਾ ਨੂੰ ਬੀਜੇਪੀ ਉਮੀਦਵਾਰ ਐਲਾਨਿਆ ਹੈ, ਅਤੇ ਨਾਲ ਹੀ ਫਤਿਹਗੜ੍ਹ ਸਾਹਿਬ ਤੋਂ ਬਸ ਇੱਕ ਸੀਟ ਰਹਿ ਗਈ ਹੈ ਜਿਸ ਦੇ ਵਿੱਚ ਹੁਣ ਆਮ ਜਿਹੜੇ ਨੇ ਇੱਕੋ ਸੀਟ ਰਹਿ ਗਈ ਹੈ ਜਿਸ ਦੇ ਵਿੱਚ ਫਤਿਹਗੜ੍ਹ ਸਾਹਿਬ ਰਹਿ ਗਿਆ, ਜਿੱਥੇ ਬੀਜੇਪੀ ਨੇ ਇੱਕ ਉਮੀਦਵਾਰ ਐਲਾਨਣਾ ਹੈ। ਹੁਣ ਦੇਖਣਾ ਹੋਵੇਗਾ ਕਿ ਫਤਿਹਗੜ੍ਹ ਸਾਹਿਬ ਤੋਂ ਬੀਜੇਪੀ ਕਿਹੜਾ ਉਮੀਦਵਾਰ ਲੈ ਕੇ ਆਉਂਦੀ ਹੈ, ਕਿਉਂਕਿ 12 ਸੀਟਾਂ 'ਤੇ ਹੁਣ ਤੱਕ ਵਾਰਿਆ ਹਲਕਿਆਂ ਦੇ ਵਿੱਚ ਬੀਜੇਪੀ ਵੱਲੋਂ 12 ਉਮੀਦਵਾਰ ਜਿਹੜੇ ਨੇ ਐਲਾਨ ਦਿੱਤੇ ਗਏ ਨੇ, ਅਤੇ ਹੁਣ ਸਿਰਫ ਇੱਕ ਹਲਕਾ ਰਹਿ ਗਿਆ ਫਤਿਹਗੜ੍ਹ ਸਾਹਿਬ ਤੋਂ। ਆਉਣ ਵਾਲੇ ਦਿਨਾਂ ਵਿੱਚ ਦੇਖਣਾ ਹੋਵੇਗਾ ਬੀਜੇਪੀ ਇਹ ਜਿਹੜਾ ਅਗਲਾ ਨਾਮ ਕਦੋਂ ਜਾਰੀ ਕਰਦਾ ਅਤੇ ਕਿਹੜਾ ਉਮੀਦਵਾਰ ਜਿਹੜਾ ਉਹਨਾਂ ਵੱਲੋਂ ਐਲਾਨਿਆ ਜਾਂਦਾ ਹੈ।